फूड दे लाइफ विच सब दा स्वागत है। तो तुहाडा मेरा तो स्वागत होने किवें मैं तो थोड़ा उच्च बोलया करो नाले मेरे चैनल च। अच्छा हां जी तुसी मेरे चैनल च एंजो जंदे हो अपने चैनल ना वो तो फिर घर च फिर डर के रहना पेंदा ना भी पाए चने दी दाल भिगो दी दाल बना रहे हां चिल्ला दाल जड़ी पिघोई सी मिक्सर ग्राइंडर च पा लो फूड प्रोसैसर च पा लो किसे च भी पाओ ग्राइंड कर लेना है। पानी बहुत ज़्यादा कड़न की लोड़ नहीं है क्योंकि पानी ये वास्ते सानू फिर चाहिदा तुहाडी पसंद दी की हरी मिर्च एंड दैन बहुत अच्छी है। बहुत साल बाद ये वाला कलर देखा है हरी मिर्च का। हाँ इन्हों के खेत लगियां सी बहुत अच्छी हैं। ये हैगा लसन लसन दियां कलियां जिहड़ियां ने हेल्दी बनाना है ना तो फिर हेल्दी बनाना है तो फिर तुहानूं ये चीज़ां विच पाना पेगा। ये हैगी है अदरक ते ये मेरी लसन ते विच असीं पा लैणा है नमक। नमक तो पाउण वास्ते ना एक चीज़ चाहीदी है जिहड़ी दुनिया दे विच बहुत ज़्यादा हैगी है। व्हाट इज़ दैट अच्छी तरह फ्रेंड्स ये मेरा जड़ा दाल सीगी वो मैं खोल के देख लैनी हाँ ये आई थिंक होगी होनी है ग्राइंड। हाँ जी इनू ना बहुत ज़्यादा चिल्ले वास्ते सानू बेसन वर्गा बरीक नहीं करना। जे असी बेसन वर्गा बरीक करना फिर तो असी बेसन ही पा लेंगे। असी दाल भिगोईए दाल का चिल्ला बना रहे हैं इस करके थोड़ा जहा जड़ा वो रखांगे इसनू मोटे वाला ते इहदा चिल्ला बहुत स्वाद बनेगा। ते जे तुहाडे कोल मैं पीसिया फूड प्रोसैसर विच जे तुहाडे कोल फूड प्रोसैसर नहीं किसी भी मिक्सर ग्राइंडर विच पीसो कोई प्रॉब्लम। इहदे विच असी पीस के साडा जिहड़ी है बैटर जिहड़ा तैयार हो गया। इहदे विच मैं पा रही हूं कलियां तुहाडा ध्यान किथे है जी सिखना है तो फिर चंगी तरह सिखो राइट। थोड़ा जा हो गया गंदा ਜੁਆਇਨ ਤਾਂ ਪਾ ਰਹੀ ਹਾਂ ਇਹਨੂੰ ਹੈਲਦੀ ਬਣਾਉਣ ਵਾਸਤੇ। ਉਹ ਤੁਹਾਡਾ ਮੁੰਡਾ ਕਹਿੰਦਾ ਮੈਂ ਤਾਂ ਜੰਕ ਫੂਡ ਖਾਣਾ ਮੈਂ ਹੈਲਦੀ ਨਹੀਂ ਖਾਣਾ। ਥੋੜ੍ਹਾ ਨਮਕ ਮੈਂ ਉਦੋਂ ਘੱਟ ਪਾਇਆ ਸੀ ਨਮਕ ਹੋਰ ਪਾ ਦਿੰਦੀ ਹਾਂ। ਅਤੇ ਇਸ ਨੂੰ ਤੁਸੀਂ ਢਿੱਲਾ ਖਾਣਾ ਚਾਹੁੰਦੇ ਹੋ ਕਿ ਕਰੰਚੀ? ਮੈਂ ਤਾਂ ਕਰੰਚੀ ਕਰੰਚੀ ਜੇ ਖਾਣਾ ਹੈ ਤਾਂ ਇਹਦੇ ਵਿੱਚ ਥੋੜ੍ਹੀ ਜਿਹੀ ਸੂਜੀ ਪਾ ਉਹਦੇ ਨਾਲ ਕੀ ਹੋਏਗਾ ਬੱਚੋ ਦੱਸੋ ਉਹਦੇ ਨਾਲ ਕੀ ਹੋਏਗਾ ਕਰੰਚੀ। ਠੀਕ ਹੈ ਜੀ ਲਓ ਜੀ ਇਹ ਹੁਣ ਸਾਡਾ ਬੈਟਰ ਵੀ ਹੋ ਗਿਆ ਜੇ ਤਿਆਰ ਅਤੇ ਹੁਣ ਅਸੀਂ ਪਾਉਂਦੇ ਹਾਂ ਥੋੜ੍ਹਾ ਜਿਹਾ ਇਹਨੂੰ ਚੋਪੜਨੇ ਹਾਂ ਤੇਲ ਦਾ ਵੈਸੇ ਨੌਨ ਸਟਿਕ ਹੈ ਚਿੰਬੜਦਾ ਤਾਂ ਹੈ ਨਹੀਂ ਪਰ ਫਿਰ ਵੀ ਆਪਾਂ ਨੂੰ ਥੋੜ੍ਹਾ ਜਿਹਾ ਜਿਹੜਾ
ਥੱਲੇ ਸਵਾਦ ਵੀ ਤੇ ਲੈਣਾ ਨਾ, ਕੱਲਾ ਹਲਦੀ ਹਲਦੀ ਖਾ ਕੇ ਕੀ ਕਰਨਾ, ਤੁਹਾਡਾ ਧਿਆਨ ਕਿੱਥੇ ਹੈ? ਪ੍ਰਿੰਸੀਪਲ ਨੂੰ ਸ਼ਿਕਾਇਤ ਲੱਗ ਜਾਣੀ ਹੈ। ਤੁਹਾਡਾ ਪ੍ਰਿੰਸੀਪਲ ਪਤਾ ਕੌਣ ਹੈ? ਬੋਲੋ ਕੌਣ ਹੈ ਤੁਹਾਡਾ ਪ੍ਰਿੰਸੀਪਲ? ਸਪਾਈਡਰਮੈਨ। ਸਪਾਈਡਰਮੈਨ ਤੁਹਾਡਾ ਪ੍ਰਿੰਸੀਪਲ। ਇਹ ਫਰੈਂਡਸ ਅਸੀਂ ਇਹ ਜਿਹੜਾ ਵੇ ਇਹਦੇ 'ਚ ਫੈਲਾ ਦਿੱਤਾ ਵੇ। ਐਵੇਂ ਜੀ ਮੈਨੂੰ ਨਾ ਚੜਿਆ ਹੋਇਆ ਜੇ ਸ਼ੌਕ ਓਪਨ ਕਿਚਨ ਦਾ, ਅਤੇ ਇਸ ਕਰਕੇ ਮੈਂ ਇੱਥੇ ਹੀ ਕੁਕਿੰਗ ਕਰ ਰਹੀ ਹਾਂ ਅਤੇ ਮਜ਼ਾ ਆ ਰਿਹਾ। ਕੁਛ ਮੌਸਮ ਅੱਛਾ ਹੈਗਾ ਵੇ, ਅਤੇ ਤੁਸੀਂ ਵੀ ਜੇ ਤੁਹਾਡੇ ਕੋਲ ਕਿਸੇ ਕੋਲ ਕੋਈ ਜਗ੍ਹਾ ਹੈਗੀ ਹੈ ਤਾਂ ਜ਼ਰੂਰ ਇਸ ਕੁਕਿੰਗ ਨੂੰ ਇੰਜੋਏ ਕਰ ਸਕਦੇ ਹੋ ਜਿਵੇਂ ਕਿ ਅਸੀਂ ਕਰ ਰਹੇ ਹਾਂ। ਅਤੇ ਮੇਰੇ ਚੈਨਲ ਨੂੰ ਦੇਖਣ ਵਾਸਤੇ ਮੈਨੂੰ ਪਹਿਲਾਂ ਬੋਲ ਤਾਂ ਲੈਣ ਦਿਓ, ਮੈਨੂੰ ਸਬਸਕ੍ਰਾਈਬ ਕਰਵਾਉਣਾ, ਲਾਈਕ ਕਰਾਉਣਾ, ਸ਼ੇਅਰ ਕਰਾਉਣਾ। ਯੂ ਆਰ ਨਾਟ ਹੈਲਪਿੰਗ ਮੀ ਐਟ ਆਲ ਇਨ ਮਾਈ ਚੈਨਲ, ਯੂ ਨੋ ਤੁਹਾਡਾ ਆਪਣਾ ਚੈਨਲ, ਓ ਮਾਈ ਗੋਡ, ਐਂਡ ਮਾਈ ਚੈਨਲ ਟਿਚੂ ਟਿਚੂ ਟਿਚੂ। ਓਕੇ, ਅਤੇ ਤੁਸੀਂ ਵੀ ਕੋਈ ਹੈਲਪ ਕਰ ਦਿਆ ਕਰੋ ਚੈਨਲ ਦਾ, ਪਤਾ ਮੇਰੀ ਵੈਬਸਾਈਟ ਤੁਹਾਡਾ ਸਭ ਕੁਛ ਅੱਗੇ ਰਾਈਟ। ਅਤੇ ਇਹ ਬਸ 5 ਮਿੰਟ 'ਚ ਹੋ ਜਾਏਗਾ ਤਿਆਰ। ਤੁਸੀਂ ਜਾਓ ਬੈਠੋ, ਤੁਸੀਂ ਆਪਣਾ ਕੰਮ ਕਰੋ ਅਤੇ ਖਾਣ ਦੀ ਤਿਆਰੀ ਕਰੋ। ਜੇ ਤੁਸੀਂ ਚਾਹ ਪੀਣੀ ਆਪਣੀ ਤਾਂ ਗਰੀਨ ਪਾਣੀ ਅੰਦਰ ਰੱਖ ਲਓ ਜਾਂ ਰਖਾ ਲਓ। ਅਤੇ ਤੁਹਾਡਾ ਇੱਥੇ ਆਉਣ ਵਾਸਤੇ ਬਾਬੂ ਸ਼ਾਹੀ ਦੀ ਟੀਮ ਵੱਲੋਂ ਬਹੁਤ ਬਹੁਤ ਬਾਬੂ ਸ਼ਾਹੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਮੇਰੀ ਟੀਮ ਉਡੀਕ ਰਹੀ, ਤੁਹਾਡੀ ਟੀਮ ਉਡੀਕ ਰਹੀ ਹੈ, ਤੁਸੀਂ ਜਾ ਸਕਦੇ ਹੋ। ਥੈਂਕ ਯੂ ਵੈਰੀ ਮੱਚ ਫਰੈਂਡਸ। ਦੇਖੋ ਲੱਗਦਾ ਹੈ ਵੀ ਇਹ ਇੱਕ ਸਾਈਡ ਵਿੱਚੋਂ ਬਣ ਗਿਆ, ਉਹ ਰੀਅਲੀ ਇਹ ਇੱਕ ਸਾਈਡ ਵਿੱਚੋਂ ਬਣ ਗਿਆ ਅਤੇ ਦੂਸਰੀ ਸਾਈਡ ਬਣ ਰਹੀ ਹੈ। ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਜਸਟ ਫਿਊ ਡਰੋਪਸ ਜਿਹੜੇ ਤੇਲ ਦੇ ਹੈ ਉਹ ਹੋਰ ਪਾਵਾਂਗੇ ਤਾਂ ਕਿ ਇਹ ਅੱਛੀ ਤਰ੍ਹਾਂ ਨਾਲ ਪੱਕ ਜਾਵੇ। ਕਿਉਂ ਪੱਕਣਾ ਜ਼ਰੂਰੀ ਹੈ? ਕਿਉਂਕਿ ਚਨਿਆਂ ਦੀ ਦਾਲ ਜਿਹੜੀ ਹੈ ਵੈਸੇ ਹਾਰਡ ਹੁੰਦੀ ਹੈ, ਪ੍ਰੋਟੀਨ ਇਹਦੇ ਵਿੱਚ ਫੁੱਲ ਹੈ। ਪ੍ਰੋਟੀਨ ਵਾਸਤੇ ਅਸੀਂ ਵਿੱਚ ਸਭ ਕੁਛ ਪਾ ਲਿਆ, ਅਦਰਕ ਵੀ ਪਾ ਲਈ, ਅਦਰਕ ਅਤੇ ਲਸਣ, ਮਿਰਚਾਂ ਅਤੇ ਧਨੀਆ, ਚਾਰ ਚੀਜ਼ਾਂ ਪਾਈਆਂ ਨੇ ਜਿਸਦਾ ਕਿ ਬਹੁਤ ਜ਼ਰੂਰੀ ਹੈ ਇਸ ਨੂੰ ਅੱਜ ਕੱਲ੍ਹ ਦੇ ਫੂਡ ਨੂੰ ਹੈਲਦੀ ਬਣਾਉਣਾ ਡਿਊ ਟੂ ਕਰੋਨਾ। ਇਹ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ, ਆਪਣੇ ਫੂਡ 'ਚ ਸ਼ਾਮਿਲ ਕਰਨੀਆਂ ਚਾਹੀਦੀਆਂ। ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਜਿਹੜੇ ਇਹ ਪੂੜੇ ਨੇ ਜਿਵੇਂ ਕਿ ਇਹ ਚਿੱਲਾ ਕਹਿ ਲਓ, ਪੂੜਾ ਕਹਿ ਲਓ, ਕੇਕ ਪੈਨ ਕੇਕ ਕਹਿ ਲਓ, ਵਰਲਡ ਫੇਮ ਚੀਜ਼ਾਂ ਨੇ। ਕਿਸੇ ਥਾਂ 'ਤੇ ਇਹ ਡੋਸੇ ਦੇ ਰੂਪ ਵਿੱਚ ਖਾਇਆ ਜਾਂਦਾ, ਕਿਸੇ ਥਾਂ 'ਤੇ ਇਹ ਪੈਨ ਕੇਕ ਦੇ ਰੂਪ ਵਿੱਚ ਖਾਇਆ ਜਾਂਦਾ, ਕਿਸੇ ਥਾਂ 'ਤੇ ਇਹ ਬੇਸਣ ਦੇ ਪੂੜਿਆਂ ਦੇ ਰੂਪ ਵਿੱਚ ਖਾਇਆ ਜਾਂਦਾ, ਕਿਸੇ ਮਤਲਬ ਆਪੋ ਆਪਣੀਆਂ ਸਟੇਟਾਂ ਦੇ ਵਿੱਚ ਆਪੋ ਆਪਣੇ ਹਿਸਾਬ ਦੇ ਨਾਲ ਕੋਈ ਚਾਵਲ ਵਾਲਾ ਖਾ ਰਿਹਾ, ਕੋਈ ਬੇਸਣ ਵਾਲਾ ਖਾ ਰਿਹਾ, ਕੋਈ ਦਾਲ ਵਾਲਾ ਖਾ ਰਿਹਾ, ਕੋਈ ਮੂੰਗ ਦੀ ਦਾਲ ਵਾਲਾ ਖਾ ਰਿਹਾ, ਕੋਈ ਪੈਨ ਕੇਕ ਜਿਹੜਾ ਵੇ ਉਹ ਕੇਕ ਦਾ ਮਿਕਸਚਰ ਪਾ ਕੇ ਬਣਾ ਰਿਹਾ। ਸੋ ਇਹ ਵਰਲਡ ਫੇਮ ਚੀਜ਼ਾਂ ਨੇ, ਗੱਲ ਸਭ ਦੀ ਇੱਕੋ ਹੀ ਹੈ। ਅਤੇ ਤੁਸੀਂ ਮੇਰੇ ਚੈਨਲ ਨੂੰ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੇਰੀਆਂ ਫਰੈਂਡਸ ਮੈਨੂੰ ਪੁੱਛਦੀਆਂ ਨੇ ਅਤੇ ਲਾਈਕ ਕਰਦੀਆਂ ਨੇ, ਅਤੇ ਮੈਂ ਆਪਣੀ ਫਰੈਂਡ ਮਨਜੀਤ ਦਾ ਵੀ ਥੈਂਕਸ ਕਰਾਂ ਕਿ ਮੈਂ ਦੂਰ ਹੋ ਕੇ ਇਹਨੂੰ ਪ੍ਰਦਾਨ ਦੀ ਕੋਸ਼ਿਸ਼ ਕਰ ਰਹੀ ਹਾਂ। ਉਸਨੇ ਮੈਨੂੰ ਵੈਰੀ ਨਿਊ ਸ਼ਰਟ ਜਿਹੜੀ ਬਣਾ ਕੇ ਭੇਜੀ ਹੈ ਔਰ ਆਈ ਲਵ ਦਿਸ ਕਲਰ। ਮਨਜੀਤ ਵੈਰੀ ਮੱਚ ਥੈਂਕਸ ਤੇਰਾ ਮੇਰੇ ਕੱਪੜੇ ਬਣਾਉਣ ਦੇ ਲਈ, ਮੈਨੂੰ ਬਹੁਤ ਹੀ ਪਸੰਦ ਹੈ ਤੇਰੇ ਬੁਟੀਕ ਤੋਂ ਬਣੇ ਹੋਏ ਕੱਪੜੇ। ਸ਼ੁਕਰੀਆ ਤੁਹਾਡਾ ਦੇਖਣ ਵਾਸਤੇ ਵੀ। ਅਤੇ ਹੁਣ ਆਪਾਂ ਇਹਨੂੰ ਥੋੜ੍ਹੀ ਜਿਹੀ ਹੋਰ ਵੇਟ ਕਰ, ਇਹ ਚਿੱਲਾ ਬਣ ਕੇ ਹੋ ਗਿਆ ਤਿਆਰ। ਅਤੇ ਇਹ ਰਾਤ ਭਰ ਦੀ ਦਾਲ ਜਦੋਂ ਦੀ ਭਿਗੋਈ ਸੀ ਉਦੋਂ ਦੀ ਇੰਤਜ਼ਾਰ ਕਰ ਰਹੇ ਸੀ, ਬਣੇਗਾ 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 ਅਤੇ ਬਣ ਗਿਆ। ਅਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ।